ਬਠਿੰਡਾ ਦੇ ਗਰੋਥ ਸੈਂਟਰ ਦੇ ਨੇੜੇ ਘਿਓ ਦੀ ਫੈਕਟਰੀ ਦੇ ਮਾਲਕ ਨੇ ਆਪਣੀ ਆਲਟੋ ਕਾਰ 'ਚ ਆਪਣੇ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ, ਜਿਸ ਨਾਲ ਫੈਕਟਰੀ ਦੇ ਮਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਪੁਲਿਸ ਦੇ ਵੱਲੋਂ ਪੋਸਟਮਾਰਟਮ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਆਇਆ ਗਿਆ, ਜਿੱਥੇ ਫੈਕਟਰੀ ਦੇ ਮਾਲਕ ਦੇ ਭਰਾ ਨੇ ਦੱਸਿਆ ਕਿ ਉਸਨੇ ਆਪਣੇ ਭਰਾ ਦੇ ਨਾਲ 23 ਤਰੀਕ ਨੂੰ ਗੱਲ ਕੀਤੀ ਸੀ, ਜਿਸ ਵਿੱਚ ਉਸਨੇ ਦੱਸਿਆ ਸੀ ਕਿ 2 ਵਿਅਕਤੀ ਉਸਨੂੰ ਟੌਰਚਰ ਕਰ ਰਹੇ ਹਨ, ਪਰੇਸ਼ਾਨ ਕਰ ਰਹੇ ਹਨ। ਅਸੀਂ ਦੋਨਾਂ ਵਿਅਕਤੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੀ ਮੰਗ ਕਰਦੇ ਹਾਂ। ਆਪਦੇ ਬਗੋਲੀ ਮੇਰੇ ਬ੍ਰਦਰ ਨੇ ਜੀ, ਇਹਨਾਂ ਦਾ 2 ਬੰਦਿਆਂ ਨਾਲ ਮਤਲਬ ਕਿ ਲੈਣ ਦਾ ਸੀਗਾ ਝਗੜਾ ਸੀਗਾ। ਇੱਕ ਤਾਂ ਹੈਗਾ ਹਰਦੁਆਰੀ ਲਾਲ, ਇੱਕ ਹੈਗਾ ਤਰਲੋਕ ਨਾਥ, ਇੱਥੋਂ ਬਠਿੰਡੇ ਦੇ ਦੋਨੇ। ਅਸੀਂ ਤਾਂ ਬਸ ਇਹੀ ਚਾਹੁੰਦੇ ਵੀ ਸਾਨੂੰ ਜਿਹਨੇ ਮੇਰੇ ਭਰਾ ਨੂੰ ਮਾਰਨ 'ਤੇ ਟੌਰਚਰ ਕੀਤਾ ਹੈਗਾ, ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਹੈ। ਉੱਥੇ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਆਰੋਪ ਹੈ ਕਿ 2 ਵਿਅਕਤੀਆਂ ਦੇ ਨਾਲ ਲੈਣ ਦੇਣ ਦੇ ਮਾਮਲੇ ਨੂੰ ਲੈ ਕੇ ਆਤਮ ਹੱਤਿਆ ਕੀਤੀ ਗਈ ਹੈ ਅਤੇ ਮ੍ਰਿਤਕ ਦੇ ਪਰਿਜਨਾਂ ਦੇ ਬਿਆਨ ਲਏ ਜਾ ਰਹੇ ਹਨ। ਅੱਗੇ ਜੋ ਕਾਰਵਾਈ ਹੋਵੇਗੀ ਉਹ ਕੀਤੀ ਜਾਵੇਗੀ। ਆਪਣੇ ਆਪ ਨੂੰ ਗੋਲੀ ਮਾਰ ਲਈ, ਇਲਾਜ ਲਈ ਇੱਥੇ ਨਰਸਾ ਹਸਪਤਾਲ ਪਹੁੰਚਿਆ, ਅਸੀਂ ਇੱਥੇ ਪੁੱਜੇ ਹਾਂ। ਇਹਦੇ ਮੁੰਡੇ ਦੀ ਜਾਣ 'ਤੇ ਕਾਰਵਾਈ ਕਰ ਰਹੇ ਹਾਂ, ਬਿਆਨ ਲਿਖੀ ਜਾਂਦੇ। ਕੀ ਕਾਰਨ ਕੀ ਹੋ ਸਕਦਾ ਕੁਛ ਪਤਾ? ਅਜੇ ਪੂਰੀ ਗੱਲ ਸਪਸ਼ਟ ਨਹੀਂ ਹੋਈ ਜੀ। ਬਠਿੰਡਾ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ, ਚੈਨਲ 2।